ਜਦੋਂ ਗਰਮੀ ਦਾ ਪ੍ਰਕੋਪ ਹੱਦ ਤੋਂ ਜ਼ਿਆਦਾ ਹੋ ਜਾਂਦਾ ਹੈ ਤਾਂ ਪੁਰਾਣੇ ਸਮੇਂ ਵਿੱਚ ਗੁੱਡੀ ਫੁੱਕਣ ਦਾ ਰਿਵਾਜ ਚੱਲਦਾ ਆ ਰਿਹਾ ਸੀ। ਇੰਦਰ ਦੇਵਤਾ ਨੂੰ ਖੁਸ਼ ਕਰਨ ਦਾ ਜ਼ਰੀਆ ਆਖਿਆ ਜਾਂਦਾ ਸੀ। ਹੁਣ ਇਹ ਰਿਵਾਜ ਦਿਨ ਪ੍ਰਤੀ ਦਿਨ ਤਕਨੀਕੀ ਯੁੱਗ ਦੇ ਕਾਰਨ ਅਲੋਪ ਹੁੰਦਾ ਜਾ ਰਿਹਾ, ਪਰ ਧੂਰੀ ਦੇ ਚਿੰਤਾ ਨਗਰ ਦੀਆਂ ਔਰਤਾਂ ਬੱਚਿਆਂ ਵੱਲੋਂ ਲਗਾਤਾਰ ਪਿਛਲੇ 50 ਸਾਲਾਂ ਤੋਂ ਚੱਲਦੇ ਆ ਰਹੇ ਮੌਕੇ ਉੱਤੇ ਮਿੱਠੀਆਂ ਰੋਟੀਆਂ ਬਣਾ ਕੇ ਅੰਬਾਂ ਦੇ ਅਚਾਰ ਨਾਲ ਖਾਣ ਦਾ ਪ੍ਰਬੰਧ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗਿਆਨ ਦੌਰ ਨੇ ਦੱਸਿਆ ਕਿ ਜਿੱਥੇ ਇਸ ਪ੍ਰਥਾ ਨੂੰ ਇੰਦਰ ਦੇਵਤਾ ਖੁਸ਼ ਹੁੰਦੇ ਸੀ, ਇਸ ਨਾਲ ਆਪਸੀ ਭਾਈਚਾਰਾ ਸਾਂਝਾ ਵੀ ਬਰਕਰਾਰ ਰਹਿੰਦਾ ਸੀ। ਪ੍ਰਾਈਮ ਬੇਕਿੰਗ ਨਿਊਜ਼ ਚੈਨਲ ਵੱਲੋਂ ਖਾਸ ਰਿਪੋਰਟ। ਕਿਹੜਾ ਪਿੰਡ ਹੈ? ਇਹ ਜਿਹੜੀ ਗੁੱਡੀ ਫੁੱਕਣ ਦੀ ਪ੍ਰਥਾ ਕੀ ਪ੍ਰਥਾ ਹੈ? ਇਹ ਜਦ ਗਰਮੀ ਜ਼ਿਆਦਾ ਵੱਧ ਜਾਂਦੀ ਆ ਨਾ, ਇਸ ਕਰਕੇ ਵੀ ਆਪਦਾ ਫਿਰ ਗੁੱਡੀ ਦਾ ਪ੍ਰੋਗਰਾਮ ਸਾਰੀ ਸੰਗਤ ਨੂੰ ਮੈਂ ਇਕੱਠੀ ਕਰਕੇ ਕਰਦੀ ਹਾਂ। ਇਹ ਜਿਹੜਾ ਮਤਲਬ ਕਿ ਤੁਸੀਂ ਮਿੱਠੀਆਂ ਰੋਟੀਆਂ ਵੀ ਲੈ ਕੇ ਆਏ ਹੋ ਨਾਲ, ਇਹ ਕਿਵੇਂ ਉਪਰਾਲਾ ਹੁੰਦਾ ਤੁਹਾਡੇ ਵੱਲੋਂ? ਇਹ ਇਸ ਤਰ੍ਹਾਂ ਅਸੀਂ ਸਾਰੇ ਘਰ ਘਰ ਇਕੱਠੇ ਕਰਕੇ, ਕੋਈ ਕਣਕਾਂ ਕਣਕਾਂ ਪਾਉਂਦਾ ਸਾਰਾ ਇਕੱਠਾ ਕਰਕੇ ਅਸੀਂ ਇਹ ਜਾਣੀ ਜੱਗ ਮਗੂ ਕਰ ਦਿੰਦੇ ਹਾਂ। ਅੱਛਾ, ਇਹ ਜਿਹੜੀ ਪਰੰਪਰਾ ਕਿੰਨੇ ਸਾਲਾਂ ਤੋਂ ਚਲਾਉਂਦੇ ਆ ਰਹੇ ਹੋ? ਇਹ 50 ਸਾਲ ਤੋਂ ਚੱਲਦੀ ਆ ਰਹੀ ਹੈ, ਲਗਾਤਾਰ ਇਸੇ ਤਰ੍ਹਾਂ ਹੀ ਪਰੰਪਰਾ ਚੱਲ ਰਹੀ ਹੈ। ਤੇ ਹੁਣ ਜਿਹੜੇ ਬੱਚਿਆਂ ਨੇ ਇਹ ਪਰੰਪਰਾ ਨਹੀਂ ਦੇਖੀ, ਉਹਨਾਂ ਨੂੰ ਕੀ ਸੁਨੇਹਾ ਦੇਵੋਗੇ? ਉਹਨਾਂ ਨੂੰ ਇਹ ਸੁਨੇਹਾ ਦੇਵਾਂਗੀ, ਇਸੇ ਤਰ੍ਹਾਂ ਬਣਾ ਕੇ ਰੱਖਿਓ, ਇੰਦਰ ਦੇਵਤਾ ਨੂੰ ਖੁਸ਼ ਕਰਨ ਵਾਸਤੇ ਤੁਸੀਂ ਇਸੇ ਤਰ੍ਹਾਂ ਮੇਰੀ ਲਈ ਤੋੜਿਓ ਨਾ। ਜਿਹੜਾ ਇਹ ਗੁੱਡੀ ਫੁੱਕਣ ਦਾ ਉਪਰਾਲਾ ਹੈਗਾ, ਕੀ ਉਪਰਾਲਾ ਹੈ? ਅਸੀਂ ਆਏ ਉਪਰਾਲਾ ਕੀਤਾ ਜੀ, ਇਹ ਇੰਦਰ ਦੇਵਤਾ ਨੂੰ ਖੁਸ਼ ਕਰਨ ਵਾਸਤੇ ਅਸੀਂ ਮੀਂਹ ਪਵਾਉਣਾ ਜੀ। ਆਏ ਸਾਲ ਅਸੀਂ ਗੁੱਡੀ ਫੂਕਦੇ ਹਾਂ, ਸਾਡੇ ਮੀਂਹ ਜ਼ਰੂਰ ਪੈਂਦਾ ਜੀ ਜਦੋਂ ਅਸੀਂ ਗੁੱਡੀ ਫੂਕਦੇ ਹਾਂ। ਜਿਹੜੇ ਛੋਟੇ ਬੱਚੇ ਨਾਲ ਆਏ ਨੇ ਉਹਨਾਂ ਨੂੰ ਕੀ ਸੁਨੇਹਾ ਦੇਵੋਗੇ? ਅਸੀਂ ਛੋਟੇ ਬੱਚਿਆਂ ਨੂੰ ਇਹ ਸੁਨੇਹਾ ਲਾਉਣੇ ਹਾਂ ਜੀ ਵੀ ਇਸ ਤਰ੍ਹਾਂ ਹੀ ਸਾਡੀ ਪਰੰਪਰਾ ਚਲਾਈ ਰੱਖਿਓ, ਵੀ ਸਾਡੇ ਨਾਲ ਇਹ ਗਿਆਨੋ ਬੀਬੀ ਹੈ ਜਿਹੜੀ, ਇਹ ਸਾਡੇ ਨਾਲ ਆਏ ਸਾਲ ਗੁੱਡੀ ਫੂਕਦੀ ਹੈ ਜੀ, ਹਰ ਵਾਰ ਮੀਂਹ ਪਵਾਉਂਦੇ ਜੀ। ਬੱਚਿਆਂ ਛੋਟਿਆਂ ਨੂੰ ਅਸੀਂ ਇਹੀ ਸੁਨੇਹਾ ਲਾਉਣ ਚਾਹੁੰਦੇ ਹਾਂ ਵੀ ਸਾਡੀ ਇਹੀ ਪਰੰਪਰਾ ਗਾਹਾਂ ਤੱਕ ਚਲਾ ਕੇ ਰੱਖਿਓ ਜੀ, ਇਸ ਤਰ੍ਹਾਂ ਹੀ ਇੰਦਰ ਦੇਵਤਾ ਨੂੰ ਖੁਸ਼ ਕਰਦੇ ਰਹੋ, ਇਸ ਤਰ੍ਹਾਂ ਹੀ ਮੀਂਹ ਪਵਾਉਂਦੇ ਰਹੋ।